ਨਿਆਣੇ ਨਿੱਕੇ ਉਹਨਾਂ ਬਾਰੇ ਕੌਣ ਸੋਚੂ ਬਾਅਦ ਚ ਦਿੱਤੇ ਇਹਦੀ ਕੋਈ ਗੱਲ ਕਰਨ ਵਾਲੀ ਬਾਈ ਕੀ ਲੋੜ ਸੀ 3000 ਰੁਪਏ ਦੀ ਇੰਨੀ ਉਹ ਕੀ ਗੱਲ ਹੋ ਗਈ ਉਹ ਕੀ ਗੱਲ ਹੋਈ ਹਰਜੀਤ ਬਾਈ ਨੂੰ ਹੋਣਾ ਕੀ ਸੀ ਜ਼ਹਿਰ ਪੀਣ ਲੱਗਿਆ ਸੀ ਜ਼ਹਿਰ ਕੀ ਗੱਲ ਹੋ ਗਈ ਕਾਹਤੋਂ ਉਹ ਬਾਈ ਤੈਨੂੰ ਤਾਂ ਪਤਾ ਹੀ ਆ ਵੀ ਸਰਕਾਰ ਨੇ ਮਨਾ ਕੀਤਾ ਹੋਇਆ ਨਾੜ ਨੂੰ ਅੱਗ ਲਾਉਣ ਤੇ ਇਹ ਤੇ ਇਹਦਾ ਮੁੰਡਾ ਬੜੇ ਸਵਾਦ ਨਾਲ ਅੱਗ ਲਾਉਣ ਲੱਗੇ ਹੋਏ ਸੀ ਉੱਪਰੋਂ ਆ ਗਈ ਪੁਲਿਸ ਪੁਲਿਸ ਵਾਲੇ ਲੈ ਗਏ ਚੱਕ ਕੇ ਤੇ ਮੁੰਡੇ ਨੂੰ ਕਹਿੰਦੇ ਹੁਣ ਨਹੀਂ ਛੱਡਦੇ 4 ਸਾਲ ਉਸੇ ਦੁੱਖ ਚ ਜ਼ਹਿਰ ਪੀਣ ਲੱਗਿਆ ਸੀ ਬਸ ਉਹ ਤੁਸੀਂ ਪਾਣੀ ਪੂਣੀ ਪੁੱਛਿਆ ਮੇਰੇ ਵੀਰ ਨੂੰ ਉਹ ਬਾਈ ਉਹ ਤਾਂ ਸ਼ੁਕਰਕਾਰ ਆਪਣਾ ਸਤਨਾਮ ਬਾਈ ਟਾਈਮ ਨਾਲ ਆ ਗਿਆ ਇਹਨੇ ਜ਼ਹਿਰ ਦੀ ਸ਼ੀਸ਼ੀ ਖੋਲੀ ਉਹਦੇ ਕੋਲੋਂ ਆ ਨਹੀਂ ਤਾਂ ਭਾਣਾ ਵਰਤੇ ਗਿਆ ਸੀ ਬਸ ਬਸ ਬਹੁਤ ਸਾਰੇ ਹੁਣ ਬਹੁਤ ਮਨਮਾਨੀ ਹੋਣੀ ਆ ਹੁਣ ਇਹ ਸਰਕਾਰ ਦੇ ਖਿਲਾਫ ਸਾਨੂੰ ਆਵਾਜ਼ ਉਠਾਉਣੀ ਪੈਣੀ ਠੀਕ ਕਹਿੰਦਾ ਬਾਈ ਨਹੀਂ ਹਰ ਤੀਸਰੇ ਦਿਨ ਸਾਡੇ ਤੇ ਕੋਈ ਨਾ ਕੋਈ ਪਾਬੰਦੀ ਲਾਉਂਦੇ ਰਹਿਣਗੇ ਸਾਨੂੰ ਇਕੱਠੇ ਹੋ ਕੇ ਧਰਨੇ ਲਾਉਣੇ ਚਾਹੀਦੇ ਨੇ ਰੋਡ ਜਾਮ ਕਰਨੇ ਚਾਹੀਦੇ ਨੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਵੀ ਕਿਸਾਨਾਂ ਨਾਲ ਪੰਗਾ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਇਕੱਠੇ ਕੰਮ ਕਰਨਾ ਚਾਹੀਦਾ ਪਰ ਕੰਮ ਚੰਗੇ ਹੋਣ ਮਾੜੇ ਨਾ ਹੋਣ ਭਾਈ ਤੈਨੂੰ ਕਿਆ ਲੱਗਦਾ ਅਸੀਂ ਕੋਈ ਮਾੜਾ ਕੰਮ ਕਰਨ ਲੱਗੇ ਆ ਆਪਣੇ ਹੱਕਾਂ ਲਈ ਲੜਨਾ ਵੀ ਕੋਈ ਮਾੜੀ ਗੱਲ ਹੈ ਜਾਮ ਲਾਏ ਬਿਨਾਂ ਸਰਕਾਰ ਦੇ ਕੰਨਾਂ ਤੱਕ ਗੱਲ ਆਪਣੀ ਪੁੱਜਣੀ ਨਹੀਂ ਜਿਹੜੀਆਂ ਸਾਡੀਆਂ ਫਸਲਾਂ ਸੜਕਾਂ ਤੇ ਰੁਲਦੀਆਂ ਏ ਉਹਨਾਂ ਦਾ ਮੁੱਲ ਸਾਨੂੰ ਪੂਰਾ ਮਿਲਦਾ ਨਹੀਂ ਹੈਗਾ ਤੇ ਖਾਦਾਂ ਦੇ ਦਾਮ ਕਰਤੇ ਦੁੱਗਣੇ ਹੈ ਉੱਪਰੋਂ ਜਿਹੜੀ ਸਾਡੇ ਕਰਜ਼ੇ ਦੀ ਪਾਂਡਾ ਸਿਰ ਤੇ ਰੋਜ਼ ਮੌਤ ਚੇਤੇ ਕਰਵਾਉਂਦੀ ਆ ਸਾਨੂੰ ਤੇ ਉੱਪਰੋਂ ਤੀਏ ਦਿਨ ਇਹ ਕੋਈ ਨਾ ਕੋਈ ਸਾਡੇ ਤੇ ਪਾਬੰਦੀ ਲਾ ਕੇ ਬਹਿ ਜਾਂਦੇ ਆ ਦੇਖ ਛੋਟੇ ਵੀਰ ਤੇਰੀ ਗੱਲ ਬਿਲਕੁਲ ਸਹੀ ਆ ਸਾਰੀਆਂ ਗੱਲਾਂ ਬਾਰੇ ਤਾਂ ਮੈਂ ਤੈਨੂੰ ਦੱਸ ਨਹੀਂ ਸਕਦਾ ਪਰ ਖੇਤ ਦੇ ਵਿੱਚ ਅੱਗ ਲਾਉਣ ਬਾਰੇ ਤੈਨੂੰ ਮੈਂ ਚਾਨਣਾ ਜ਼ਰੂਰ ਪਾ ਸਕਦਾ ਗੱਲ ਸੁਣਨ ਵਾਲੀ ਆ ਵੀਰੋ ਖੇਤਾਂ ਦੇ ਵਿੱਚ ਅੱਗ ਲਾਉਣ ਤੋਂ ਸਾਨੂੰ ਸਰਕਾਰ ਨੇ ਇਸ ਗੱਲ ਕਰਕੇ ਮਨਾ ਕੀਤਾ ਕਿ ਦਿਨ ਬਰ ਦਿਨ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਅੱਛਾ ਸਾਡੇ ਅੱਗ ਲਾਉਣ ਨਾਲ ਪ੍ਰਦੂਸ਼ਣ ਫੈਲਦਾ ਆ ਫੈਕਟਰੀਆਂ ਆ ਭੱਠੇ ਆ ਰੋਡਾਂ ਤੇ ਮਾਰੋ ਮਾਰ ਗੱਡੀਆਂ ਚੱਲਦੀਆਂ ਇਹਨਾਂ ਦਾ ਧੂਆਂ ਨਿਕਲਦਾ ਇਹਨਾਂ ਤੇ ਤਾਂ ਕੋਈ ਪਾਬੰਦੀ ਨਹੀਂ ਇਹ ਨਹੀਂ ਪ੍ਰਦੂਸ਼ਣ ਫੈਲਾਉਂਦੀਆਂ ਮੈਂ ਮੰਨਦਾ ਬਾਈ ਤੇਰੀ ਗੱਲ ਇਹ ਵੀ ਫੈਕਟਰੀਆਂ ਵੀ ਧੂਆਂ ਛੱਡਦੀਆਂ ਨੇ ਭੱਠੇ ਵੀ ਧੂਆਂ ਛੱਡਦੇ ਨੇ ਪਰ ਤੁਹਾਨੂੰ ਇਹ ਸ਼ਾਇਦ ਨਹੀਂ ਪਤਾ ਹੋਊਗਾ ਕਿ ਉਹਨਾਂ ਦੇ ਵੀ ਪੋਲੂਸ਼ਨ ਸਰਟੀਫਿਕੇਟ ਬਣਦੇ ਨੇ ਜਿਵੇਂ ਆਪਣੇ ਵਾਹਨਾਂ ਦੇ ਮੋਟਰਸਾਈਕਲਾਂ ਦੇ ਤੇ ਗੱਡੀਆਂ ਦੇ ਬਣਦੇ ਨੇ ਗੱਲ ਆ ਹੁਣ ਖੇਤ ਵਿੱਚ ਨਾੜ ਨੂੰ ਅੱਗ ਲਾਉਣ ਦੀ ਜਦੋਂ ਅਸੀਂ ਖੇਤ ਦੇ ਵਿੱਚ ਨਾੜ ਨੂੰ ਅੱਗ ਲਾਉਂਦੇ ਆ ਉਸ ਸਮੇਂ ਕਿੰਨੀਆਂ ਹੀ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਨੇ ਤੇ ਇਹੀ ਗੈਸਾਂ ਜਾ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਕਰਦੀਆਂ ਨੇ ਤੇ ਓਜ਼ੋਨ ਪਰਤ ਨੂੰ ਖਰਾਬ ਕਰਦੀਆਂ ਨੇ ਜਿਸ ਦੇ ਕਰਕੇ ਸਾਨੂੰ ਚਮੜੀ ਦੇ ਕੈਂਸਰ ਵਰਗੇ ਰੋਗ ਲੱਗਦੇ ਨੇ ਖੇਤਾਂ ਵਿੱਚ ਕਿੰਨੇ ਹੀ ਜ਼ਰੂਰੀ ਤੱਤ ਜੀਵਾਣੂ ਤੇ ਮਿੱਤਰ ਕੀੜੇ ਸੜ ਕੇ ਸੁਆਹ ਹੋ ਜਾਂਦੇ ਨੇ ਤੇ ਉਹਨਾਂ ਦੀ ਪੂਰਤੀ ਲਈ ਅਸੀਂ ਫਿਰ ਬੇਲੋੜੀਆਂ ਖਾਦਾਂ ਬੇਲੋੜੀਆਂ ਸਪਰੇਹਾਂ ਕਰਦੇ ਆਂ ਜਿੱਥੇ ਅਸੀਂ ਕੁਝ ਪੈਸੇ ਬਚਾਉਣ ਦੇ ਚੱਕਰ 'ਚ ਆਪਣੇ ਖੇਤਾਂ ਵਿੱਚ ਅੱਗ ਲਾ ਦਿੰਦੇ ਆਂ ਉੱਥੇ ਹੀ ਦੁਬਾਰਾ ਖੇਤ ਦੀ ਸਿਹਤ ਨੂੰ ਬਣਾਉਣ ਲਈ ਉਹਦੇ ਵਿੱਚ ਵਾਧੂ ਖਰਚੇ ਕਰਨੇ ਪੈਂਦੇ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈਗੀ ਕਿ ਸਾਡੇ ਖੇਤ ਪ੍ਰਭਾਵਿਤ ਹੁੰਦੇ ਨੇ ਸਾਡਾ ਵਾਤਾਵਰਨ ਜਿੱਥੇ ਪ੍ਰਭਾਵਿਤ ਹੁੰਦਾ ਉੱਥੇ ਸਾਡੇ ਬਾਰਿਸ਼ਾਂ ਨਹੀਂ ਹੁੰਦੀਆਂ ਜਦੋਂ ਸਾਡੇ ਬਾਰਿਸ਼ਾਂ ਨਹੀਂ ਹੁੰਦੀਆਂ ਸਾਨੂੰ ਜ਼ਮੀਨ ਵਿੱਚੋਂ ਪਾਣੀ ਕੱਢ ਕੇ ਖੇਤਾਂ ਨੂੰ ਲਾਉਣਾ ਪੈਂਦਾ ਤੇ ਦਿਨ ਬਰ ਦਿਨ ਸਾਡੇ ਪਾਣੀ ਦੀ ਤਦਾਰ ਘਟਦੀ ਜਾ ਰਹੀ ਹੈ ਤੇ ਕੱਲ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਬੂੰਦ ਬੂੰਦ ਲਈ ਤਰਸਣਗੇ ਗੱਲ ਯਾਦ ਰੱਖਿਓ ਅੱਜ ਤੋਂ 20 ਸਾਲ ਤੱਕ ਕੋਈ ਐਸਾ ਘਰ ਨਹੀਂ ਹੋਵੇਗਾ ਜਿਸ ਦੇ ਵਿੱਚ ਕੋਈ ਭਿਆਨਕ ਬਿਮਾਰੀ ਨਹੀਂ ਹੋਵੇ ਦਮਾ ਕੈਂਸਰ ਅਨੀਮੀਆ ਕਾਲਾ ਪੀਲੀਆ ਕਿਡਨੀਆਂ ਫੇਲ ਅੱਖਾਂ ਦਾ ਅੰਨਾਪਣ ਚਮੜੀ ਦੇ ਐਸੇ ਭਿਆਨਕ ਰੋਗ ਜੋ ਨਾ ਠੀਕ ਹੋਣ ਵਾਲੇ ਹੋਣਗੇ ਆਕਸੀਜਨ ਦੀ ਇੰਨੀ ਕੁ ਕਮੀ ਹੋ ਜਾਵੇਗੀ ਕਿ ਸਾਨੂੰ ਆਕਸੀਜਨ ਦੇ ਸਿਲੰਡਰ ਨਾਲ ਲੈ ਕੇ ਘੁੰਮਣਾ ਪਿਆ ਕਰਨਾ ਹੈ ਹੁਣ ਇਹ ਤੁਸੀਂ ਸੋਚਣਾ ਹੈ ਕਿ ਆਪਾਂ ਨੇ ਖੇਤ ਦੇ ਵਿੱਚ ਅੱਗ ਲਾਉਣੀ ਹੈ ਕਿ ਨਹੀਂ ਲਾਉਣੀ ਆਪਾਂ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ 'ਚ ਖੇਤ ਦੇ ਵਿੱਚ ਅੱਗ ਲਾ ਲੈਂਦੇ ਹਾਂ ਕਿੰਨੇ ਕੁ ਬਚਾਉਂਦੇ ਹੋਵੋਗੇ ਆਪਾਂ 1000 ਰੁਪਇਆ ਕਿੱਲੇ ਦਾ ਬਚਾ ਲੈਂਦੇ ਹੋਵੋਗੇ 5 ਕਿੱਲਿਆਂ ਦਾ 5000 ਬਚਾ ਲੈਂਦੇ ਹੋਵੋਗੇ ਪੰਜ ਇੱਕ ਸਾਲ ਦੇ ਵਿੱਚ ਅਸੀਂ 5000 ਬਚਾਉਂਦੇ 10 ਸਾਲਾਂ ਵਿੱਚ ਅਸੀਂ 50000 ਬਚਾ ਲਾਂਗੇ ਪਰ ਅੱਜ ਦੇ 10 ਸਾਲ ਨੂੰ ਜਦੋਂ ਸਾਡੇ ਧੀਆਂ ਪੁੱਤਰਾਂ ਨੂੰ ਕੋਈ ਭਿਆਨਕ ਬਿਮਾਰੀ ਲੱਗੂਗੀ ਕੈਂਸਰ ਵਰਗਾ ਰੋਗ ਲੱਗੂ ਤਾਂ 5 ਲੱਖ ਲਾ ਕੇ ਵੀ ਨਾ ਉਮੀਦ ਹੋਊਗੀ ਤੁਸੀਂ ਇਹ ਸੋਚਣਾ ਹੈ ਕਿ ਅਸੀਂ 50000 ਬਚਾਉਣਾ ਹੈ ਕਿ 5 ਲੱਖ ਲਾਉਣਾ ਹੈ ਦੇਖ ਬਾਈ ਆ ਸਾਨੂੰ ਨਹੀਂ ਸੀ ਪਤਾ ਵੀ ਆ ਜਿਹੜੇ ਅਸੀਂ ਅੱਜ ਨਾੜਾਂ ਨੂੰ ਅੱਗ ਲਾਈ ਜਾਂਦੇ ਆ ਆਉਣ ਵਾਲੇ ਸਮੇਂ 'ਚ ਸਾਨੂੰ ਇਸ ਦੀ ਐਡੀ ਵੱਡੀ ਕੀਮਤ ਚੁਕਾਉਣੀ ਪਊਗੀ ਆ ਤੂੰ ਤਾਂ ਸਾਡੀਆਂ ਅੱਖਾਂ ਖੋਲਤੀਆਂ ਮੇਰੇ ਵੀਰ ਉਹ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਜਦੋਂ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਕਿ ਆ ਕੇਵੀਕੇ ਵਾਲੇ ਆ ਕੇ ਕਹਿੰਦੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆ ਕਿਆ ਤੁਸੀਂ ਉੱਥੇ ਗਏ ਆ ਜਾਣਕਾਰੀ ਲੈਣ ਵਾਸਤੇ ਉਹਨਾਂ ਦੀ ਨਹਿਰੂ ਯੁਵਾ ਕੇਂਦਰ ਵਾਲੇ ਕਿੰਨੇ ਹੀ ਨਾਟਕ ਦਿਖਾਉਂਦੇ ਨੇ ਪ੍ਰਦੂਸ਼ਣ ਦੇ ਖਿਲਾਫ ਕਦੇ ਤੁਸੀਂ ਉਹ ਨਹੀਂ ਵੇਖਣਗੇ ਓ ਬਾਈ ਸਾਰਾ ਦਿਨ ਤਾਂ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ ਖੇਤਾਂ ਦੇ ਵਿੱਚ ਆ ਸ਼ਾਮੀ ਮਸੋਈ ਜਾ ਕੇ ਮੰਜਾ ਮਿਲਦਾ ਸਾਨੂੰ ਫਿਰ ਕਿੱਥੇ ਉੱਠਣ ਦਾ ਇੱਕ ਵਾਰ ਤਾਂ ਕਿ ਇਸੇ ਗੱਲ ਦੀ ਤਾਂ ਸਾਡੇ 'ਚ ਕਮੀ ਹੈ ਜਦੋਂ ਕੋਈ ਆਪਣੇ ਪਿੰਡ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਹੁੰਦਾ ਅਸੀਂ ਦੇਖਣ ਨਹੀਂ ਜਾਂਦੇ ਸਾਡੇ ਪ੍ਰਸ਼ਾਸਨ ਵਾਲੇ ਕਿੰਨੀ ਹਿੰਮਤ ਕਰ ਰਹੇ ਨੇ ਡੀਸੀ ਮੈਡਮ ਪਿੰਡ ਪਿੰਡ ਵਿੱਚ ਜਾ ਕੇ ਸ਼ਹਿਰ ਸ਼ਹਿਰ ਦੇ ਵਿੱਚ ਜਾ ਕੇ ਸਾਰੇ ਪਾਸੇ ਅਵੇਅਰਨੈਸ ਦਿੰਦੀ ਆ ਪ੍ਰਦੂਸ਼ਣ ਦੇ ਖਿਲਾਫ ਸਾਨੂੰ ਵੀ ਕੁਝ ਨਾ ਕੁਝ ਆਪਣੇ ਆਪ ਤੇ ਯਤਨ ਕਰਨਾ ਚਾਹੀਦਾ ਕਿ ਸਾਨੂੰ ਕੱਲ ਨੂੰ ਕੋਈ ਤਕਲੀਫਾਂ ਨਾ ਚੱਲਣੀਆਂ ਪੈਣ ਬਾਈ ਹਾਂ ਤਾਂ ਤੇ ਸਾਡੀ ਅੱਖਾਂ ਹੀ ਖੋਲਤੀਆਂ ਅੱਜ ਤੋਂ ਬਾਅਦ ਅਸੀਂ ਸਾਰੇ ਜਾਣੇ ਕਸਮ ਖਾਂਦੇ ਆ
ਵੀ ਕਦੇ ਨਾੜ ਨੂੰ ਅੱਗ ਨਹੀਂ ਲਾਵਾਂਗੇ ਤੇ ਨਾਲੇ ਕੋਈ ਜੇ ਸਾਡਾ ਸਾਥੀ ਨਾੜ ਨੂੰ ਅੱਗ ਲਾਉਂਦਾ ਹੈ ਤੇ ਉਸ ਨੂੰ ਵੀ ਰੋਕਾਂਗੇ ਘਰ ਘਰ ਜਾ ਕੇ ਸਾਰਿਆਂ ਨੂੰ ਜਾਗਰੂਕ ਕਰਾਂਗੇ ਬਿਲਕੁਲ ਤੇ ਜੋ ਵੀ ਪ੍ਰੋਗਰਾਮ ਜਿਵੇਂ ਕਿ ਨਹਿਰੀ ਯੁਵਾ ਕੇਂਦਰ ਦਾ ਪ੍ਰੋਗਰਾਮ ਹੁੰਦਾ ਹੈ ਕੇਵੀਕੇ ਵਾਲਿਆਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਕੋਈ ਡੀਸੀ ਮੈਡਮ ਕੋਈ ਅਵੇਅਰਨੈਸ ਦਿੰਦੀ ਹੈ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਉਹਨਾਂ ਦੀਆਂ ਗੱਲਾਂ ਸੁਣਨ ਜ਼ਰੂਰ ਜਾਇਆ ਕਰੋ।